चंडीगढ़ के 1588 नंबर कोठी सैक्टर 36 दे विच स्थित हाँ। ਦੀਆਂ ਬੇਲਾਂ ਸਨ, ਇੱਥੇ ਵੱਡੇ ਦਰਖਤ ਲੱਗੇ ਸਨ। ਐਵੇਂ ਮਹਿਸੂਸ ਹੁੰਦਾ ਸੀ ਕਿ ਕਿਸੇ ਕੋਠੀ ਦੇ ਵਿੱਚ ਨਹੀਂ, ਕਿਸੇ ਜੰਗਲ ਦੇ ਵਿੱਚ ਖੜਿਆਂ। ਫੈਕਟ ਨਿਊਜ਼ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। ਇਸ ਵੇਲੇ ਅਸੀਂ ਚੰਡੀਗੜ੍ਹ ਦੇ 1588 ਨੰਬਰ ਕੋਠੀ ਸੈਕਟਰ 36 ਦੇ ਵਿੱਚ ਸਥਿਤ ਹਾਂ, ਜਿਸ ਨੂੰ ਅਕਸਰ ਭੂਤ ਬੰਗਲਾ ਕਿਹਾ ਜਾਂਦਾ ਸੀ। ਦਰਅਸਲ ਇਸ ਦੀ ਕਹਾਣੀ ਬਹੁਤ ਰਹੱਸਮਈ ਹੈ। ਇਸ ਨੂੰ ਭੂਤ ਬੰਗਲਾ ਨਾਂ ਦੇਣ ਦਾ ਮਕਸਦ ਇਹ ਹੈ ਕਿ ਇਸ ਦੇ ਵਿੱਚ ਜੋ ਲੋਕ ਰਹਿੰਦੇ ਸਨ ਉਹ ਲਗਭਗ 20 ਸਾਲਾਂ ਤੋਂ ਵੱਧ ਸਮਾਂ ਇਸ ਕੋਠੀ ਦੇ ਵਿੱਚ ਬਿਤਾ ਚੁੱਕੇ ਨੇ। ਉਹਨਾਂ ਦੇ ਵੱਲੋਂ ਬਾਹਰ ਦਾ ਰਸਤਾ ਭਾਵ ਬਾਹਰ ਨਾ ਕਿਸੇ ਨਾਲ ਰਾਬਤਾ ਸੀ, ਨਾ ਹੀ ਕਿਸੇ ਨਾਲ ਮਿਲਣ ਯੋਗ ਸੀ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਨਾਲ ਕੋਈ ਵੀ ਵਾਰਤਾਲਾਪ, ਕਿਸੇ ਆਂਢ ਗੁਆਂਢ ਦੀ ਬਿਲਕੁਲ ਵੀ ਨਹੀਂ ਸਨ ਅਜੇ ਤੱਕ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਹੁਣ ਇਸ ਕੋਠੀ ਦੀ ਸਫਾਈ ਹੋ ਚੁੱਕੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਸ ਕੋਠੀ ਦੇ ਵਿੱਚ ਕਿਸ ਤਰ੍ਹਾਂ ਜੋ ਸਫਾਈ ਕਰਮੀ ਕੰਮ ਕਰ ਰਹੇ ਨੇ, ਉਹਨਾਂ ਦੇ ਵੱਲੋਂ ਕਾਫ਼ੀ ਮਸ਼ੱਕਤ ਦੇ ਨਾਲ ਸਫਾਈ ਕੀਤੀ ਗਈ ਹੈ। ਵੱਡੀਆਂ ਬੇਲਾਂ ਸਨ, ਇੱਥੇ ਵੱਡੇ ਦਰਖਤ ਲੱਗੇ ਸਨ। ਐਵੇਂ ਮਹਿਸੂਸ ਹੁੰਦਾ ਸੀ ਕਿ ਕਿਸੇ ਕੋਠੀ ਦੇ ਵਿੱਚ ਨਹੀਂ, ਕਿਸੇ ਜੰਗਲ ਦੇ ਵਿੱਚ ਖੜਿਆਂ। ਅਤੇ ਇਸ ਕੋਠੀ ਦੀ ਜੋ ਰਹੱਸਮਈ ਕਹਾਣੀ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਦੇ ਵਿੱਚ ਹਰਚਰਨ ਸਿੰਘ ਚੱਡਾ ਨਾਂ ਦੇ ਮੇਜਰ ਰਹਿੰਦੇ ਸਨ, ਜੋ ਮੇਜਰ ਰੈਂਕ ਦੇ ਫੌਜੀ ਅਫਸਰ ਸਨ, ਜਿਨ੍ਹਾਂ ਨੂੰ ਲਗਭਗ 20 ਸਾਲ ਤੋਂ ਵੱਧ ਸਮਾਂ ਇਸ ਕੋਠੀ ਦੇ ਵਿੱਚ ਰਹਿੰਦਿਆਂ ਹੋ ਗਿਆ ਸੀ। ਉਹਨਾਂ ਦੇ ਨਾਲ ਦੱਸਿਆ ਵੀ ਜਾ ਰਿਹਾ ਕਿ ਉਹਨਾਂ ਦੀ ਪਤਨੀ ਵੀ ਸੀ ਅਤੇ ਉਹਨਾਂ ਦੀ ਬੇਟੀ ਵੀ ਸੀ। ਅਤੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਦਿਮਾਗੀ ਪਰੇਸ਼ਾਨ ਸਨ। ਬੇਟੀ ਦਾ ਨਾਂ ਜੀਵਨ ਜੋਤ ਦੱਸਿਆ ਜਾ ਰਿਹਾ, ਜੋ ਕਿ ਫੋਬੀਆ ਦੀ ਸ਼ਿਕਾਰ ਸੀ, ਫੋਬੀਆ ਬਿਮਾਰੀ ਦੀ ਸ਼ਿਕਾਰ ਸੀ ਜੀਵਨ ਜੋਤ, ਜੋ ਮੇਜਰ ਦੀ ਬੇਟੀ ਸੀ ਉੱਥੇ ਹੀ। ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬੀਤੇ ਸੋਮਵਾਰ ਇੱਥੇ ਆਂਢ ਗੁਆਂਢ ਤੋਂ ਜਿਵੇਂ ਖਬਰਾਂ ਮਿਲੀਆਂ, ਜਿਵੇਂ ਪਤਾ ਚੱਲਿਆ ਕਿ ਇਸ ਕੋਠੀ ਦੇ ਵਿੱਚ ਕੋਈ ਰਹਿ ਰਿਹਾ ਹੈ, ਤਾਂ ਪ੍ਰਸ਼ਾਸਨ ਵੱਲੋਂ ਮਸ਼ੱਕਤ ਦੇ ਨਾਲ ਉਹਨਾਂ ਨੂੰ ਕੱਢਿਆ ਗਿਆ। ਉਹਨਾਂ ਨੂੰ ਇਸ ਸਮੇਂ ਹੌਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਆ ਚੁੱਕੀ ਹੈ ਕਿ ਉਹਨਾਂ ਦੇ ਬੇਟੇ ਦੇ ਨਾਲ ਵੀ ਰਾਬਤਾ ਹੋ ਚੁੱਕਾ ਹੈ। ਅਤੇ ਉਹਨਾਂ ਦਾ ਬੇਟੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਜਦੋਂ ਹਸਪਤਾਲ ਤੋਂ ਛੁੱਟੀ ਮਿਲਦੀ ਹੈ, ਗੌਰਮੈਂਟ ਹੋਸਪਿਟਲ ਦੇ ਵਿੱਚ ਅਜੇ ਐਡਮਿਟ ਨੇ ਦੋਵੇਂ ਬਾਪ ਅਤੇ ਧੀ, ਅਤੇ ਜਦੋਂ ਉਹਨਾਂ ਨੂੰ ਛੁੱਟੀ ਮਿਲਦੀ ਹੈ ਤਾਂ ਉਹਨਾਂ ਨੂੰ ਵਾਪਸ ਪੰਜੋਰ ਲਿਜਾਇਆ ਜਾਵੇਗਾ। ਅਜੇ ਤੱਕ ਦੀਆਂ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਅਸੀਂ ਤੁਹਾਨੂੰ ਦਰਦਨਾਕ ਕਹਾਣੀ ਬਾਰੇ ਦੱਸ ਰਹੇ ਹਾਂ ਕਿ ਉਹਨਾਂ ਨੇ 23 ਸਾਲ ਦੇ ਲਗਭਗ ਇਸ ਕੋਠੀ ਦੇ ਵਿੱਚ ਬਿਤਾਏ ਨੇ। ਆਂਢ ਗੁਆਂਢ ਵੱਲੋਂ ਇਹ ਗੱਲਾਂ ਦੱਸੀਆਂ ਜਾ ਰਹੀਆਂ ਨੇ, ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਉਹ ਅਕਸਰ ਖਾਂਦੇ ਕੀ ਸਨ, ਕੀ ਉਹਨਾਂ ਦੀ ਜੀਵਨ ਦੀ ਦਾਤ ਸੀ ਜਿਸ ਦੇ ਨਾਲ ਉਹ ਇੰਨਾ ਟਾਈਮ ਜਿਉਂਦੇ ਰਹੇ, ਨਾ ਤਾਂ ਉਹ ਕਦੇ ਬਾਹਰ ਨਿਕਲੇ। ਇਹ ਗੱਲਾਂ ਅਜੇ ਤੱਕ ਰਹੱਸਮਈ ਨਿਕਲੀਆਂ ਸਾਹਮਣੇ ਆ ਰਹੀਆਂ ਨੇ ਕਿ ਆਖਿਰਕਾਰ ਉਹ ਇੰਨਾ ਸਮਾਂ ਇਸ ਕੋਠੀ ਦੇ ਵਿੱਚ ਕਿਵੇਂ ਬਿਤਾ ਚੁੱਕੇ ਨੇ। ਇੱਕ ਰਹੱਸਮਈ ਕਹਾਣੀ ਹੈ ਜੋ ਅਜੇ ਤੱਕ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ। ਕੋਠੀ ਦਾ ਹਾਲ ਦੇਖ ਰਹੇ ਹੋ, ਕੋਠੀ ਦੇ ਵਿੱਚ ਕਿਸ ਤਰ੍ਹਾਂ ਘਾਹ ਫੂਸ ਅੱਗਿਆ ਹੋਇਆ ਸੀ, ਜਿਸ ਨੂੰ ਸਫਾਈ ਤਾਂ ਕਰ ਦਿੱਤੀ ਗਈ ਹੈ, ਪਰੰਤੂ ਇਹ ਗੱਲ ਮਹਿਸੂਸ ਕੀਤੀ ਜਾ ਸਕਦੀ ਹੈ ਕਿ ਇਹ ਇੱਕ ਬਹੁਤ ਵੱਡੀ ਦਰਦਨਾਕ ਕਹਾਣੀ ਹੈ, ਜਿਸ ਦਾ ਅਜੇ ਤੱਕ ਜਾਂ ਜੋ ਪੜਦਾ ਹੈ ਉਹ ਅਜੇ ਤੱਕ ਪੂਰੀ ਤਰ੍ਹਾਂ ਦੇ ਨਾਲ ਨਹੀਂ ਚੁੱਕਿਆ ਗਿਆ। ਕਿਉਂਕਿ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਧੀ ਅਤੇ ਪਿਓ ਦੋਨੇ ਮਾਨਸਿਕ ਸੰਤੁਲਨ ਖੋ ਬੈਠੇ ਨੇ, ਜਿਸ ਦੇ ਤਹਿਤ ਅਜੇ ਤੱਕ ਦੀਆਂ ਜੋ ਅਸਲ ਕਹਾਣੀਆਂ ਨੇ, ਅਸਲ ਰਾਜ ਨੇ, ਉਹ ਨਿਕਲ ਕੇ ਸਾਹਮਣੇ ਨਹੀਂ ਆ ਰਹੇ। ਹਾਲਾਂਕਿ ਆਂਢ ਗੁਆਂਢ ਵੱਲੋਂ ਇਹ ਗੱਲਾਂ ਜ਼ਰੂਰ ਕਹੀਆਂ ਜਾ ਰਹੀਆਂ, ਪਰੰਤੂ ਉਹਨਾਂ ਵੱਲੋਂ ਕੈਮਰੇ ਦੇ ਸਾਹਮਣੇ ਆਉਣ ਤੋਂ ਬਿਲਕੁਲ ਨਕਾਰੀ ਕੀਤੀ ਜਾ ਰਹੀ ਹੈ। ਹਾਲਾਂਕਿ ਅਸੀਂ ਕੋਸ਼ਿਸ਼ ਵੀ ਕੀਤੀ ਹੈ ਕਿ ਦੱਸਿਆ ਜਾਵੇ, ਪਰੰਤੂ ਉਹਨਾਂ ਦੇ ਵੱਲੋਂ ਚਲਦੀ ਚਾਲ ਦੇ ਵਿੱਚ ਇਹ ਗੱਲਾਂ ਕੀਤੀਆਂ ਗਈਆਂ ਨੇ ਕਿ ਰਾਤ ਨੂੰ ਇੱਥੇ ਆਟੋ ਆ ਕੇ ਜ਼ਰੂਰ ਰੁਕਦੇ ਸਨ, ਜਿਨ੍ਹਾਂ ਦੇ ਵਿੱਚ ਬੋਰੇ ਦੇ ਬੋਰਾ ਸਮਾਨ ਨੂੰ ਅੰਦਰ ਲੈ ਕੇ ਜਾਂਦੇ ਸਨ। ਅਤੇ ਉਹਨਾਂ ਦੀ ਬੇਟੀ ਜਦੋਂ ਕੁਝ ਦਿਨ ਪਹਿਲਾਂ ਬਾਹਰ ਦੇਖੀ ਗਈ ਤਾਂ ਇੱਕ ਇਸ ਤਰ੍ਹਾਂ ਦਾ ਰੂਪ ਸੀ ਉਸਦਾ, ਜਿਵੇਂ ਇੱਕ ਪਾਗਲ ਦਾ ਰੂਪ ਹੁੰਦਾ ਹੈ, ਅਤੇ ਉਹਨੇ ਕੁੰਡ ਕੱਢਿਆ ਹੋਇਆ ਸੀ ਇਸ ਮਾਹੌਲ, ਜੰਗਲ ਵਾਲੇ ਮਾਹੌਲ ਦੇ ਵਿੱਚ ਉਹ ਕਿਸ ਤਰ੍ਹਾਂ ਰਹਿ ਰਹੇ ਸਨ, ਕਿਸ ਤਰ੍ਹਾਂ ਦੀ ਦਰਦਨਾਕ ਕਹਾਣੀ ਇਹ ਬਿਆਨ ਕਰਦੀ ਹੈ। ਇਹ ਤਸਵੀਰਾਂ ਦੇ ਵਿੱਚ ਬਿਲਕੁਲ ਬਿਆਨ ਹੁੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਆਖਰ ਹੈ ਕੀ ਸੀ। ਆਖਰ ਹੈ ਤਾਂ ਉਹ ਵੀ ਮਨੁੱਖ ਸਨ, ਪਰੰਤੂ ਪਸ਼ੂਆਂ ਦੇ ਵਰਗੀ ਦਰਦਨਾਕ ਜ਼ਿੰਦਗੀ ਉਹ ਬਤੀਤ ਕਰ ਰਹੇ ਸਨ। ਅਜੇ ਤੱਕ ਪ੍ਰਸ਼ਾਸਨ ਵੱਲੋਂ
जो जानकारी मुहैया कराई गई है उस दे विच यही दस्या जा रहा है कि उन्हां दा मानसिक संतुलन बिगड़िया होया सी ते हुण उन्हां नूं गौरमेंट हस्पताल दे विच भर्ती कराया गया जिथे वो जेरे इलाज ने हुण वेखना होवेगा कि किन्ने कु दिनां बाद उन्हां दा जो मानसिक संतुलन है वो बरकरार हुंदा है। उस तो बाद वो अपनी असल कहानी दस पाउंदे ने, परंतु साफ तस्वीरां दे विच तुसीं वेख सकदे हो कि किन्ना दर्दनाक माहौल है इत्थे। जिहड़े व्यक्ति काम कर रहे ने उन्हां नाल वी असीं गलबात करांगे कि किन्नी कु मुशक्कत होई है उन्हां नूं इत्थे इन्नी सफाई करन दे लई, किन्ना कु टाइम लग्गिया है ते प्रशासन वल्लों उन्हां नूं की कु सजेशन दित्ते गए सन। जिस तरह का माहौल असीं इत्थे देख रहे हां, इस माहौल तो यह बिल्कुल साफ हुंदा है कि एक जंगल सी ना कि एक कोठी सी, परंतु एक कोठी दे विच उन्हां इंसानां दी जिंदगी जिन्हां ने भी तो वध वरे इस कोठी दे विच बिताए ने वो आखिर किस तरह के सन। उन्हां दी धी वल्लों अजे तक की जो स्टेटमेंट आई है उस दे विच ये गल कही गई है कि उन्हां दे नाल उन्हां दी मां भी रहिंदी सी। उन्हां वल्लों कहा गया है कि मां दी मौत तां लगभग 2-3 साल पहलां हो चुकी सी, आखिर जे मां दी मौत होई है तां उसकी डेड बॉडी भी इत्थे होनी चाहीदी सी। जे उन्हां दे नाल उन्हां दी मां रहिंदी सी इत्थे नहीं है तां आखिर वो है कित्थे, ये भी एक रहस्य बनिया होया है। रहस्य तो पर्दा हुण उदों ही उठाया जाएगा जदों तक इन्हां दे आंढ गुआंढ दे नाल गलबात की जाएगी, जां इन्हां दे मानसिक संतुलन दे ठीक होने की खबर निकल के सामने आएगी। हुण तुसीं तस्वीरां दे विच बिल्कुल साफ देख सकते हो एक किस तरह का दर्दनाक मंजर है, भूत बंगला बनया होया है जिस नूं देखण दे विच ही अहसास हुंदा है कि असी किसी कोठी दे विच नहीं किसी जंगल दे विच खड़े हाँ। इस दर्दनाक कहानी दियां तस्वीरां तुसीं वेख चुके हो कि किन्नी कु दर्दनाक ये जिंदगी बतीत हो रही सी। हुण जिहड़े सफाई कर्मचारी इत्थे काम कर रहे ने उन्हां तों जाणांगे कि इत्थे दा असल माहौल की सी जदों तुसीं सफाई करनी शुरू की है, किदां दा महसूस हो रहा सी, की ये कोठी लगदी सी? नहीं सर, बिल्कुल कोई कोठी नहीं लग रही सी, इदां लग रहा सी कोई जंगल है। तो जदों असीं देखिया कि इत्थे भी बहुत ज़्यादा जंगल नाल घिरिया होया सी, ये कोठी बिल्कुल दिख नहीं रही सी, काफ़ी पेड़ा पुड़ा दे नाल बेलां नाल लुकी हुई सी। तो डर लगता सी कि ये चंडीगढ़ ये किदां दा माहौल है कि ये चंडीगढ़ दे विच कोठी है दरख्तां नाल लुकी हुई है। ये नहीं सानू पता कि अंदर कौन रहिंदा सी कौन नहीं, असी सरकारी कर्मचारी हैं जी ते MC वल्लों हैं जी, तो सानू तो बस इत्थे सफाई करन लई कहा जी, जो पेड़ पौड़ कटिंग है तो हुण काफ़ी सफाई हो चुकी है जी इहदी, तो पहला बहुत ज़्यादा गंद सी देख के डर लगता सी कि भी ये चंडीगढ़ दे विच किदां दी है। किन्नी कु मशक्कत करनी पई है इस सफाई नूं, असी भी तस्वीरां दे विच बिल्कुल साफ देख रहे हैं कि घट्टो घट 2-3 दिन तां इहनूं सफाई नूं लगे होणगे। जिदां दे दरख्त सन जिदां दी बेलां तक कोठियां तों चढ़ियां होईयां ने, छत्तां दे नाल चढ़ियां होईयां ने, किन्नी कु मशक्कत दा सामना करना पिया है कि होर इत्थे जीव जंतु भी सी, जिवें जिदां दा माहौल है इत्थे दा, इदां लगदा है कि इत्थे सप्प आम होणगे? ये सर सोमवार तो काम चल रहा है जी, तो काफ़ी मुश्किल का सामना करना पे क्योंकि काफ़ी पेड़ सके जो अंदर भी बड़े हुए थे, तो कुलाड़ियों नाल भी कटे गए हैं जी, तो काफ़ी मुश्किल आई है जी काम करन दे विच जी ये, तो डर भी लगता सीगा जी इन्ना भी अंदर खौफनाक जगह है जी इदा, तो बहुत डर लगता सीगा जी। सो तुसीं वेख्या तस्वीरां दे विच किन्ना कु दर्दनाक यह मंजर है जिथे ये व्यक्ति रहिंदे सन, मौजी आर्मी अफसर रहिंदा सी, ते हुण जिस तरह की जानकारी अजे तक सामने आई है उहदे विचों बिल्कुल साफ हो गया है कि कोठी नहीं आखिरकार एक जंगल का रूप सी। ते हुण वेखना होवेगा कि प्रशासन वल्लों अगली कार्रवाई क्यों लिखी जाती है, जदों तक उन्हां दा मानसिक संतुलन ठीक हुंदा है उस तो बाद ही असल मंजर असल कहानी बारे बिल्कुल नेड़े तों ये पर्दा चक्या जाएगा कि उन्हां दी आखिर जिंदगी की सी। पर सवाल जरूर खड़ा हुंदा है कि चंडीगढ़ दे विच आखिरकार 20 साल की प्रशासन दे हस्ते एक भी अख नहीं गई, कि आंढ गुआंढ ने अजे तक कोई कंप्लेंट प्रशासन तक नहीं पहुँचाई, या आखिर इस तो जो पर्दा सी इस नूं पर्दा ही रहन दिता गया है। मैं सहयोगी कैमरामैन मखण दे नाल चरणजीत, चंडीगढ़।